ਇਮਾਮ ਹਜ਼ੂਰ ਅਲੈਹਿ ਸਲਾਤੁ ਵਸਲਾਮ ਦੇ ਦਰੂਦ ਪਾਕ ਦੀ ਤੁਹਾਡੇ ਸਾਹਮਣੇ ਤਲਾਵਤ ਕੀਤੀ ਹੈ। ਮੁਹੱਬਤ ਨਾਲ ਹਜ਼ੂਰ ਦੀ ਬਾਰਗਾਹ ਦੇ ਅੰਦਰ ਦਰੂਦ ਵਸਲਾਮ ਦਾ ਨਜ਼ਰਾਨਾ ਪੇਸ਼ ਕਰ ਲਓ। ਅਸਲਾਤੁ ਵਸਲਾਮੁ ਅਲੈਕ ਯਾ ਸੈਯਦ ਯਾ ਰਸੂਲ ਅੱਲਾ ਵਾਲਾ ਆਲਿਕਾ ਵਾ ਅਸਹਾਬਿਕ ਯਾ ਹਬੀਬ ਅੱਲਾ। ਆਵਾਜ਼ ਆਉਣੀ ਚਾਹੀਦੀ ਯਾਰ, ਆਵਾਜ਼ ਆਉਣੀ ਚਾਹੀਦੀ। ਮੁਹੱਬਤ ਨਾਲ ਪੜ੍ਹੋ। ਅਸਲਾਤੁ ਵਸਲਾਮੁ ਅਲੈਕ ਯਾ ਸੈਯਦ ਯਾ ਰਸੂਲ ਅੱਲਾ ਵਾਲਾ ਆਲਿਕਾ ਵਾ ਸਹਾਬਿਕ ਯਾ ਹਬੀਬ ਅੱਲਾ। ਤਾਰੀਫ ਜੋ ਵੀ ਕਰਤਾ ਹੈ ਖੈਰੁਲ ਅਨਾਮ ਕੀ, ਤਾਰੀਫ ਜੋ ਵੀ ਕਰਤਾ ਹੈ ਖੈਰੁਲ ਅਨਾਮ ਕੀ, ਇੱਜ਼ਤ ਬੁਲੰਦ ਹੋਤੀ ਹੈ ਉਸਕੇ ਕਲਾਮ ਕੀ, ਔਰ ਲਹਦ ਮੇ ਤਸ਼ਰੀਫ ਲਾਏਂਗੇ ਮੁਸਤਫਾ ਆਦਤ ਬਣਾ ਰਹੇ ਹੈ ਦਰੂਦੋ ਸਲਾਮ ਕੀ। ਫਿਰ ਮੁਹੱਬਤ ਸੇ ਪੜ੍ਹੇ ਅਸਲਾਤੁ ਵਸਲਾਮੁ ਅਲੈਕਾ ਯਾ ਸੈਯਦੀ ਯਾ ਰਸੂਲ ਅੱਲਾ। ਆਵਾਜ਼ ਆਉਣੀ ਚਾਹੀਦੀ ਯਾਰ, ਇੰਜ ਗੱਲ ਨਹੀਂ ਬਣਨੀ। ਮੁਹੱਬਤ ਨਾਲ ਪੜ੍ਹੋ। ਅਸਲਾਤੁ ਵਸਲਾਮੁ ਅਲੈਕਾ ਯਾ ਸੈਯਦ ਯਾ ਰਸੂਲ ਅੱਲਾ ਵਾਲਾ ਆਲਿਕਾ ਵਾ ਅਸਹਾਬਿਕਾ ਯਾ ਹਬੀਬ ਅੱਲਾ। ਔਰ ਖੁਦਾ ਨੇ ਕਲਮੇ ਮੇ ਯੇ ਅਹਿਤਮਾਮ ਰੱਖਾ ਹੈ, ਖੁਦਾ ਨੇ ਕਲਮੇ ਮੇ ਯੇ ਅਹਿਤਮਾਮ ਰੱਖਾ ਹੈ, ਬਾਅਦ ਆਪਣੇ ਮੁਹੰਮਦ ਕਾ ਨਾਮ ਰੱਖਾ ਹੈ। ਐਡੀ ਢਿੱਲੀ ਸੁਬਾਨ ਅੱਲਾ ਦੀ ਲੋੜ ਨਹੀਂ, ਜ਼ਰਾ ਮੁਹੱਬਤ ਨਾਲ ਪੜ੍ਹੋ ਜਾ। ਜੇ ਕਰੋ ਆ ਕੇ ਜੇ ਤਾਂ ਹੁਣ ਸੰਗੋ ਨਾ, ਨਾ ਕੋਈ ਪਰਚਾ ਹੁੰਦਾ ਅਤੇ ਨਾ ਇਹਦੇ 'ਤੇ ਕੋਈ ਖਰਚਾ ਹੁੰਦਾ। ਮੁਹੱਬਤ ਨਾਲ ਆਖੋ ਸੁਬਹਾਨ ਅੱਲਾ, ਕਿਉਂਕਿ ਜਿਹੜਾ ਮੈਂ ਜੁਮਲਾ ਦੇ ਰਿਹਾ ਬੜਾ ਕੀਮਤੀ ਜੁਮਲਾ, ਜ਼ਰਾ ਤਵੱਜੋ ਕਰਿਆ ਜੇ। ਖੁਦਾ ਨੇ ਜੇ ਕਲਮੇ ਮੇ ਅਹਿਤਮਾਮ ਰੱਖਾ ਹੈ, ਬਾਅਦ ਆਪਣੇ ਮੁਹੰਮਦ ਕਾ ਨਾਮ ਰੱਖਾ ਹੈ, ਜੇ ਅਲੱਗ ਬਾਤ ਕੋਈ ਅਮਲ ਕਰੇ ਨਾ ਕਰੇ ਨਮਾਜ਼ ਮੇ ਵੀ ਦਰੂਦੋ ਸਲਾਮ ਰੱਖਾ ਹੈ। ਜਿਹੜਾ ਜਿਹੜਾ ਪੜ੍ਹਦਾ ਉਹਨੂੰ ਪਤਾ, ਮੁਹੱਬਤ ਨਾਲ ਆਖੋ ਸੁਬਹਾਨ ਅੱਲਾ। ਖੁਦਾ ਨੇ ਕਲਮੇ ਮੇ ਯੇ ਅਹਿਤਮਾਮ ਰੱਖਾ ਹੈ, ਬਾਅਦ ਆਪਣੇ ਮੁਹੰਮਦ ਕਾ ਨਾਮ ਰੱਖਾ ਹੈ, ਯੇ ਅਲੱਗ ਬਾਤ ਕੋਈ ਅਮਲ ਕਰੇ ਨਾ ਕਰੇ ਨਮਾਜ਼ ਮੇ ਵੀ ਦਰੂਦੋ ਸਲਾਮ ਰੱਖਾ ਹੈ। ਮੁਹੱਬਤ ਨਾਲ ਪੜ੍ਹੋ। ਅਸਲਾਤੁ ਵਸਲਾਮੁ ਅਲੈਕਾ ਯਾ ਸੈਯਦੀ ਯਾ ਰਸੂਲ ਅੱਲਾ ਵਾਲਾ ਆਲਿਕਾ ਵਾ ਅਸਹਾਬਿਕਾ ਯਾ ਹਬੀਬ ਅੱਲਾ। ਅਸਲਾਤੁ ਵਸਲਾਮੁ ਅਲੈਕਾ ਯਾ ਸੈਯਦੀ ਯਾ ਰਸੂਲ ਅੱਲਾ ਵਾਲਾ ਆਲਿਕਾ ਵਾ ਅਸਹਾਬਿਕਾ ਯਾ ਰਹਿਮਤਲ ਲਿਲ ਆਲਮੀਨ। ਮੇਰੇ ਨਾਲ ਹੈ ਥੀ ਵਾਜਿਬ ਉਲ ਇਹਤਰਾਮ ਉਲਮਾ ਇਕਰਾਮ ਔਰ ਬਾਨੀਆਂ ਨੇ ਮਹਿਫਲ, ਦੀਗਰ ਦੋਸਤ ਅਹਿਬਾਬ ਜਿਤਨੇ ਵੀ ਇਸ ਮਹਿਫਲ ਦੇ ਅੰਦਰ ਤਸ਼ਰੀਫ ਫਰਮਾ ਹੋਏ, ਤਮਾਮ ਨੂੰ ਨਹਾਇਤ ਹੀ ਅਦਬ ਦੇ ਨਾਲ ਅਸਲਾਮੁ ਅਲੈਕਮ। ਅੱਜ ਦਾ ਇਹ ਖੂਬਸੂਰਤ ਪ੍ਰੋਗਰਾਮ 13 ਜੜੀ ਦੀ ਜਾਮਿਆ ਮਸਜਿਦ ਦੇ ਅੰਦਰ ਇਨਕਾਦ ਪਜ਼ੀਰ ਹੈ, ਤਾਜਦਾਰ ਖਤਮੇ ਨਬੂਵਤ ਦੇ ਨਾਮ ਤੋਂ ਇਨਕਾਦ ਪਜ਼ੀਰ ਹੈ, ਜਿਸ ਦੇ ਅੰਦਰ ਮੇਰੀ ਤੁਹਾਡੀ ਸਾਰੇ ਦੋਸਤਾਂ ਦੀ ਹਾਜ਼ਰੀ ਹੋਈ ਹੈ। ਦੁਆਏ ਖਾਲਕੇ ਕੈਨਾਤ ਦੀ ਬਾਰਗਾਹ ਆਲੀਆ ਦੇ ਅੰਦਰ ਅੱਲਾ ਤਬਾਰਕ ਤਾਲਾ ਦੀ ਜ਼ਾਤੇ ਗ੍ਰਾਮੀ ਸਾਡੀ ਇਸ ਹਾਜ਼ਰੀ ਨੂੰ ਆਪਣੀ ਮੁਕੱਦਸ ਬਾਰਗਾਹ ਆਲੀਆ ਦੇ ਅੰਦਰ ਸ਼ਰਫ਼ ਕਬੂਲੀਅਤ ਅਤਾ ਫਰਮਾਏ। ਮੁਹੱਬਤ ਨਾਲ ਕਹਿ ਦਿਓ ਆਮੀਨ। ਔਰ ਅੱਲਾ ਤਬਾਰਕ ਤਾਲਾ ਇਸ ਮਹਿਫਲ ਪਾਕ ਨੂੰ ਕੱਲ੍ਹ ਬਰੋਜ਼ ਕਿਆਮਤ ਸਾਡੇ ਵਾਸਤੇ ਜ਼ਰੀਆ ਨਜਾਤ ਬਣਾਏ। ਔਰ ਹਮਦੇ ਬਾਰੀ ਤਾਲਾ ਦੇ ਕੁਛ ਅਸ਼ਾਰ ਤੁਹਾਡੇ ਦੋਸਤਾਂ ਦੀ ਨਜ਼ਰ ਕਰਨ ਤੋਂ ਬਾਅਦ ਮੈਂ ਮਹਿਫਲ ਪਾਕ ਦਾ ਆਗਾਜ਼ ਤਲਾਵਤ ਕੁਰਾਨ ਪਾਕ ਦੇ ਨਾਲ ਕਰਾਂਗਾ। ਤਾਂ ਹਮਦੇ ਬਾਰੀ ਤਾਲਾ ਅੱਲਾ ਦੀ ਬਾਰਗਾਹ ਦੇ ਅੰਦਰ ਹਮਦ ਪੇਸ਼ ਕਰਨੀ ਹੈ। ਔਰ ਜ਼ਰਾ ਮੁਹੱਬਤ ਦੇ ਨਾਲ ਅੱਜ ਮੇਰਾ ਦਿਲ ਹੈ ਕਿ ਮਿਲ ਕਰਕੇ ਅੱਲਾ ਦੀ ਹਮਦ ਦੇ ਅੰਦਰ ਅਸੀਂ ਸ਼ਾਮਿਲ ਹੋ ਜਾਈਏ। ਤੁਸੀਂ ਦੋਸਤਾਂ ਨੇ ਵੀ ਮੁਹੱਬਤ ਦਾ ਇਜ਼ਹਾਰ ਕਰਨਾ ਹੈ। ਔਰ ਮੁਹੱਬਤ ਦੇ ਨਾਲ ਇਸ ਹਮਦੇ ਬਾਰੀ ਤਾਲਾ ਦੇ ਅਸ਼ਾਰ ਦੇ ਅੰਦਰ ਅੱਲਾ ਦੇ ਜ਼ਿਕਰ ਦੇ ਅੰਦਰ ਸ਼ਾਮਿਲ ਹੋਣਾ ਹੈ। ਇਨਸ਼ਾਅੱਲਾ ਲੁਤਫ ਆਵੇਗਾ ਔਰ ਇਮਾਨ ਤਾਜ਼ਾ ਹੋਵੇਗਾ। ਕਹਿਣਾ ਕੀ ਹੈ? ਅਲ ਲਾ ਮੁਹੱਬਤ ਸੇ ਬੋਲੇ, ਅਲ ਲਾ ਮੁਹੱਬਤ ਸੇ ਬੋਲੇ। ਕਿਹੜਾ ਅੱਲਾ? ਪਹਿਲੋਂ ਵੀ ਅੱਲਾ ਤੇ ਅੱਲਾ ਹੀ ਅੱਲਾ, ਪਹਿਲੋਂ ਵੀ ਅੱਲਾ ਤੇ ਅੱਲਾ ਹੀ ਅੱਲਾ। ਨਾ ਕੋਠਾ ਨਾ ਬਸਤੀ ਨਾ ਵਿਹੜਾ ਮੁਹੱਲਾ, ਸਿਫਰ ਦਾ ਸੀ ਕੀਰਾ ਅਕਾਈ ਨਹੀਂ ਸੀ, ਖੁਦਾ ਹੈ ਸੀ ਹਾਲੇ ਖੁਦਾਈ ਨਹੀਂ ਸੀ। ਖੁਦਾ ਹੈ ਸੀ ਹਾਲੇ ਖੁਦਾਈ ਨਹੀਂ ਸੀ, ਖਿਆਲ ਆਇਆ ਹੁਣ ਕਲਿਆਂ ਕੀ ਰਹਿਣਾ, ਕਿ ਸ਼ਾਇਦ ਪਿਆ ਤਾਈਓ ਕੁਨ ਕਹਿਣਾ, ਫਿਰ ਉਸਨੇ ਬਣਾਇਆ ਉਹ ਧਰਤੀ ਦਾ ਗਹਿਣਾ, ਜਿਦਾ ਬਿਨ ਵਜ਼ੂ ਦੇ ਮੈਂ ਨਾ ਨਹੀਂ ਜਲੈਣਾ। ਫਿਰ ਉਸਨੇ ਬਣਾਇਆ ਉਹ ਧਰਤੀ ਦਾ ਗਹਿਣਾ, ਜਿਦਾ ਬਿਨ ਵਜ਼ੂ ਦੇ ਮੈਂ ਨਾ ਨਹੀਂ ਜਲੈਣਾ। ਔਰ ਹਰ ਦਮ ਕਰਮ ਕਮਾਉਂਦਾ
ہر دم کرم کماؤندا اللہ کیندے ذہن چ بات آ رہی ہے بھی کون کرم کماؤندا تے او اللہ دا نام لیا کوئی مسئلہ نہیں ہے ذرا محبت نال جتنی دیر چار پانچ جملے قاری صاحب نو میں انشاءاللہ دعوت دے رہا محبت نال ہر دم کرم کماؤندا محبت نال یار ہر دم کرم کماؤندا اللہ ہر دم کرم کماؤندا اللہ ستے وقت جگاؤندا اللہ ستے وقت جگاؤندا اللہ پتھر دے وچ کیڑیاں تائیں رزق ہمیشہ پہنچاؤندا اللہ رزق ہمیشہ پہنچاؤندا اللہ ہر تھاں اوتی ہر تھاں اوئے ہر تھاں اوتی ہر تھاں اوئے نہ جاندا نہ آوندا اللہ محبت نال اللہ 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 ہر تھاں اوتی ہر تھاں اوئے نہ جاندا نہ آوندا اللہ فضل کرے تے جیڑا اس دا ذکر ہے کردا اس دا ذکر کراؤندا اللہ جیڑا اس نو یاد ہے کردا اس نو قدر بھلاؤندا اللہ 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 تہاڈی آواز یار نہیں آ رہی محبت نال ذرا بند کر کے محبت نال دو تین جملے صرف اللہ دے ذکر کر رہے یار کیوں شرما رہے محبت نال پڑھو اللہ اللہ دی آواز آنی ہر تھاں اودی ہر تھاں اوئے نہ جاندا نہ آوندا اللہ طاقتور نو سٹ دیندا اے ماڑے تخت بٹھاؤندا اللہ جمدے بچیاں تائیں ویکھو جین دا ول سکھلاؤندا اللہ پھر آؤں نانو شو وچ روڑے پھر آؤں نانو شو وچ روڑے مومن پار لگاؤندا اللہ جمدے بچیاں تائیں ویکھو جین دا ول سکھلاؤندا اللہ اوو ساجد ہو جاندا ہے جو کچھ میرا چاہندا اللہ اور مولا قدرت کمال رکھنا ہے کیڑیاں نو وی پال رکھنا ہے مولا قدرت کمال رکھنا ہے کیڑیاں نو وی پال رکھنا ہے آسمان تو آپے میں برساؤنا ہے اور مولا نازک گھونسلے بھی سنبھال رکھنا ہے اور میں دعوت دینے جا رہا ہوں ہمارے علاقے کا بہت ہی بڑا مشہور نام فخر القرہ نجم القرہ شمس القرہ میری مراد جناب قاری احسان صاحب میں انہوں نے ملتمی سا مائک تیا کر کے اپنے خوبصورت انداز دنال آج بھی اس نورانی وجدانی محفل پاک دا آغاز تلاوت قرآن پاک دنال کرن گے محبت برا نعرہ نعرہ تکبیر نعرہ رسالت نعرہ رسالت نعرہ حیدری نعرہ غوثیہ